होती है, बड़ी मुश्किल से होता है चमन में दीदा भर पैदा। जुग पुरुष भारत रत्न डॉक्टर भीम राव अम्बेडकर जी का जन्म 14 अप्रैल 1892 ईस्वी नू पिता राम जी के ग्रह विखे माता भीमा बाई दी कुखों महू कैंट अंदौर महाराष्ट्र विखे मोहार जाति विच होया। समाजी सभ्याचार ਅਤੇ ਛੂਆਛਾਤ ਦੇ ਹਮਲਿਆਂ ਦੇ ਬਾਵਜੂਦ ਭਾਰਤ ਦੀ ਸਰ ਜ਼ਮੀਨ ਨੇ ਅੰਬੇਡਕਰ ਵਰਗੇ ਉੱਚ ਕੋਟੀ ਦੇ ਵਿਦਵਾਨ ਕਾਨੂੰਨਦਾਨ ਦੇਸ਼ ਭਗਤ ਫਿਲਾਸਫਰ ਅਤੇ ਦਲਿਤਾਂ ਦੇ ਮਸੀਹੇ ਨੂੰ ਜਨਮ ਦਿੱਤਾ। ਹੁਸ਼ਿਆਰ ਸਨ, ਆਪਣੀ ਬੁੱਧੀ ਸਦਕਾ ਉਹ ਦੁਨੀਆਂ ਦੇ 6 ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀਆਂ ਚੋਂ ਇੱਕ ਜਾਣੇ ਜਾਣ ਲੱਗੇ, ਪਰ ਜਾਤੀ ਵਿਤਕਰੇ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਦਫ਼ਤਰਾਂ ਵਿੱਚ ਨੌਕਰੀ ਦੌਰਾਨ ਚਪੜਾਸੀ ਤੱਕ ਵੀ ਉਹਨਾਂ ਨਾਲ ਛੂਆਛਾਤ ਕਰਦੇ ਸਨ। ਇਸੇ ਕਰਕੇ ਬਾਬਾ ਸਾਹਿਬ ਅੰਦਰ ਰੋਹ ਦੀ ਜਵਾਲਾ ਭੜਕ ਉੱਠੀ। ਉਹਨਾਂ 20 ਮਾਰਚ 1927 ਨੂੰ ਕੋਲਾਬਾ ਜ਼ਿਲ੍ਹੇ ਦੇ ਮੁਹਾਰ ਪਿੰਡ ਵਿੱਚ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਚੋਬਦਾਰ ਤਲਾਬ ਵਿੱਚੋਂ ਪਾਣੀ ਪੀਤਾ। We'll be right back.
जदों भारत आजाद होया तां बाबा साहब नूं आजाद भारत दे पहले कानून मंत्री बनन ते कौम ने माण महसूस कीता। भारत दा संविधान लिखण दी जिम्मेवारी भी बाबा साहब नूं दित्ती गई। ਇਹ ਆਪਣੀ ਕੌਮ ਦੇ ਲੋਕਾਂ ਨੂੰ ਹੱਕ ਦਿਵਾਉਣ ਦਾ ਅਗਲਾ ਪੜਾਅ ਸੀ। ਬਾਬਾ ਸਾਹਿਬ ਨੇ ਜਨਮ ਦੇ ਆਧਾਰ ਤੇ ਜਾਂ ਪਿਛਲੇ ਕਰਮਾਂ ਦੇ ਅਨੁਸਾਰ ਸਭ ਕੁਝ ਪ੍ਰਾਪਤੀ ਦਾ ਸਖਤ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਇਸ ਫਿਲਾਸਫੀ ਨੇ ਕਰੋੜਾਂ ਲੋਕਾਂ ਨੂੰ ਅਪਾਹਜ, ਨਤਾਣੇ ਤੇ ਬੇਬਸ ਬਣਾ ਕੇ ਰੱਖਿਆ ਹੈ। ਇਸ ਲਈ ਸੰਵਿਧਾਨ ਵਿਚ ਉਹਨਾਂ ਸਭ ਨੂੰ ਬਰਾਬਰ ਵੋਟ ਦਾ ਅਧਿਕਾਰ ਲੈ ਕੇ ਦਿੱਤਾ। ਉਹ ਕਿਹਾ ਕਰਦੇ ਸਨ ਕਿ ਹੁਣ ਰਾਜਾ ਰਾਣੀ ਦੇ ਪੇਟੋਂ ਨਹੀਂ ਸਗੋਂ ਵੋਟ ਬਕਸੇ ਵਿਚੋਂ ਪੈਦਾ ਹੋਵੇਗਾ। ਉਹਨਾਂ ਨੇ ਵੋਟ ਨੂੰ ਐਟਮ ਬੰਬ ਦਾ ਦਰਜਾ ਦਿੰਦੇ ਹੋਏ ਆਪਣੀ ਕੌਮ ਦੇ ਲੋਕਾਂ ਨੂੰ ਝੰਜੋੜਿਆ। ਪੈਰ
ਦੀ ਜੁੱਤੀ ਸਮਝੀ ਜਾਂਦੀ ਭਾਰਤੀ ਨਾਰੀ ਨੂੰ ਬਰਾਬਰ ਦੇ ਹੱਕ ਦਿਵਾਉਣ ਲਈ ਬਾਬਾ ਸਾਹਿਬ ਨੇ ਲੰਬੀ ਲੜਾਈ ਲੜੀ। ਹਿੰਦੂ ਕੋਡ ਬਿੱਲ ਪਾਸ ਕਰਵਾਉਣ ਲਈ ਰੋਸ ਵਜੋਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਭਾਰਤੀ ਨਾਰੀ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਉੱਚੇ ਅਹੁਦਿਆਂ ਤੱਕ ਪਹੁੰਚਾਉਣ ਦਾ ਸਿਹਰਾ ਬਾਬਾ ਸਾਹਿਬ ਨੂੰ ਜਾਂਦਾ ਹੈ। ਔਰਤ ਜਾਤੀ ਹਮੇਸ਼ਾ ਹੀ ਬਾਬਾ ਸਾਹਿਬ ਦੀ ਰਿਣੀ ਰਹੇਗੀ। ਹਿੰਦੂ ਧਰਮ ਵਿੱਚ ਅਸਮਾਨਤਾ, ਗੈਰ ਬਰਾਬਰੀ, ਛੂਆਛਾਤ, ਪਖੰਡ ਅਤੇ ਅੰਧ ਵਿਸ਼ਵਾਸ ਆਦਿ ਨੂੰ ਦੇਖਦੇ ਹੋਏ ਕਿਹਾ ਸੀ ਕਿ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ ਹਾਂ, ਇਹ ਮੇਰੇ ਬਸ ਵਿੱਚ ਨਹੀਂ ਸੀ, ਪਰ ਮੈਂ ਹਿੰਦੂ ਰਹਿ ਕੇ ਮਰਾਂਗਾ ਨਹੀਂ, ਇਹ ਮੇਰੇ ਬਸ ਵਿੱਚ ਹੈ। ਇਸ ਲਈ ਉਹਨਾਂ ਨੇ ਧਰਮ ਬਦਲੀ ਕਰਨ ਦਾ ਐਲਾਨ ਕੀਤਾ। ਉਹਨਾਂ ਨੇ 14 ਅਕਤੂਬਰ 1956 ਨੂੰ ਨਾਗਪੁਰ ਦੀ ਧਰਤੀ ਤੇ ਬੁੱਧ ਭਿਕਸ਼ੂ ਚੰਦਰਮਣੀ ਜੀ ਪਾਸੋਂ ਬੁੱਧ ਧੰਮ ਦੀ ਦੀਕਸ਼ਾ ਗ੍ਰਹਿਣ ਕੀਤੀ।
समाज दियां गुलामी दियां जंजीरां कट्टण लई लंबा संघर्ष कीता। उन्हां 1927 विच बृहस्पत भारत नां दा अखबार भी चालू कीता। मनुस्मृति नूं जलाया गया, पूना पैक्ट होया, गोलमेज कानफ्रांसां च हिस्सा लिया, नासक दे काला मंदर प्रवेश करन लई संघर्ष कीता। पर उन्हां ने अपने समाज नूं पढ़ो जुड़ो संघर्ष करो दा संकल्प दे के उना नू झंझोड़िया। Now, hold me on.
दिसंबर 1956 ਨੂੰ ਦਲਤਾਂ ਦਾ ਮਸੀਹਾ ਬੇਸਹਾਰਿਆਂ ਦਾ ਸਹਾਰਾ ਨਤਾਣਿਆਂ ਦਾ ਤਾਣ ਜ਼ਾਲਮਾਂ ਤੇ ਜਾਬਰਾਂ ਨੂੰ ਬੰਗਾਰਨ ਵਾਲਾ ਮਸੀਹਾ ਹਮੇਸ਼ਾ ਲਈ ਸਾਡੇ ਤੋਂ ਦੂਰ ਚਲਾ ਗਿਆ। ਲੱਖਾਂ ਲੋਕਾਂ ਦਾ ਇਕੱਠ ਬਾਬਾ ਸਾਹਿਬ ਅਮਰ ਰਹੇ ਦੇ ਨਾਰੇ ਬੁਲੰਦ ਕਰ ਰਿਹਾ ਸੀ। ਉਹਨਾਂ ਦੀ ਕੌਮ ਦੇ ਆਪਣੇ ਲੋਕਾਂ ਤੋਂ ਇਲਾਵਾ ਲੱਖਾਂ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਲੋਕਾਂ ਦੀਆਂ ਅੱਖਾਂ ਚ ਹੰਝੂਆਂ ਦਾ ਹੜ੍ਹ ਰੋਕਿਆ ਨਹੀਂ ਜਾਂਦਾ ਸੀ। ਉਹ ਆਪਣੇ ਮਸੀਹਾ ਤੇ ਯੁੱਗ ਪੁਰਸ਼ ਹਸਤੀ ਨੂੰ ਆਖਰੀ ਸਲਾਮ ਕਰਨ ਲਈ ਪਹੁੰਚੇ ਹੋਏ ਸਨ। ਜੀਵਨ ਆਪਣੇ ਪਿਆਰੇ ਲੋਕਾਂ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹੱਕ ਦਿਵਾਉਣ ਲਈ ਸੰਘਰਸ਼ ਕੀਤਾ। ਉਹਨਾਂ ਦੁਆਰਾ ਸਵੈਮਾਣ ਦੀ ਜਗਾਈ ਗਈ ਹੱਕਾਂ ਅਤੇ ਬਰਾਬਰੀ ਦੀ ਜੋਤ ਅੱਜ ਵੀ ਕਰੋੜਾਂ ਲੋਕਾਂ ਦਾ ਰਾਹ ਰਸ਼ਨਾਉਂਦੀ ਹੈ। ਦੁਖੀਆਂ ਦੀ ਤਕਦੀਰ ਬਦਲਣੀ ਤਾਰਾ
साथियों जोरदार ताली बजाकर के हरियाणा में जन्म से लेकर के बाबा साहब इस दुनिया से गए और सारी शिक्षा और बाबा साहब का स्टेच्यू क्या उंगली का क्या इशारा साथी बाबा साहब की उंगली का इशारा ये समझा रहा है कि इस भारत के अंदर सबसे बड़ा अगर कोई मंदिर है तो दिल्ली का पार्लियामेंट है, उस पर कब्जा कर लो तुम्हारा कल्याण हो जाएगा। ताल बजाने से तुम्हारा कल्याण होने वाला नहीं है। और दूसरा चंडीगढ़ में विधानसभा रूपी मंदिर है, उस मंदिर की तरफ बाबा साहब का इशारा है कि उस पर कब्जा कर लो तुम्हारा कल्याण हो जाएगा। तो उंगली का इशारा बाबा साहब का समझ गए हुए। एक बार जोरदार हरियाणा की ताली पंजाब की टीम को सम्मान देने के लिए और जोर से दोनों हाथ बढ़ो और जोरदार ताली बजा रहे। जी मंजी जी आगे का क्या है जल्दी जी। हेलो, ये थी टीम जालंधर। बाबा साहेब की पूरे संघर्ष, पूरी जीवनी, पूरे विचार आप सबके सामने बहुत ही मनमोहक प्रस्तुति साथियों। एक बार जोरदार तालियां, बोले जय भीम जय भीम। बहुत बढ़िया।